किदां दीआं खबरां छपदीआं ने अजकल। एक लालची आया ने बच्चे दे गल च पाया सोने दा हार लाया। लालची दे नाल नाल चोरनी भी लगदी आ। इत्थे अख रखी, अख तक दे रखी आ, फिर भी चोरी हो गया। की दिल? दिल चोरी कर लिया ने मेरा। की कुछ सरफुसर करी गया ने तुही? कुछ नहीं जीजा जी, कोई गल करदे सी। गल उच्ची नहीं हुंदी? ओ कहंदे ना सियाणिया दे मूहरे उच्ची नहीं बोली दा। इन्नी अकल हैगी कि सियाणा मूहरे उच्ची नहीं बोली दा? ए नहीं सिखिया कि सियाणा मूहरे कुसर फुसर भी नहीं करी दी। मामा जी सब ठीक है ना? हाँ हाँ राजवीर सब ठीक है। ओ ता ठीक है, तू भी अपने आप नु ठीक कर ला। प्यो ता बन गया ते हुण प्यो दे फर्ज की ने ए भी सिख ला। फिकर ना करो डैडी, मैं चंगी तरह जानदा प्यो दे फर्ज किवें निभाउणे आ। दस्सी किवें निभाई दिया प्यो दे फर्ज? सिंपल, बच्चा जम्मू नानके नु दे दो, अगले आपे पाली जाणगे। ਉਹਨਾਂ ਨੇ ਤੈਨੂੰ ਤਾਂ ਪਾਲਿਆ, ਤੇਰੀ ਮਾਂ ਤੁਰ ਗਈ ਸੀ। ਹੈਲੋ। ਹੈਲੋ, ਹਾਂ ਰਜੋ। ਕਿਉਂ ਬਾਰ ਬਾਰ ਕਾਲ ਕਰੀ ਜਾ ਰਹੇ ਹੋ? ਮੈਂ ਸ਼ੂਟ 'ਚ ਬਿਜੀ ਸੀ। ਰਜੋ ਟਰਾਈ ਟੂ ਅੰਡਰਸਟੈਂਡ ਯਾਰ, ਮੈਨੂੰ ਮਸਾ ਮਸਾ ਫਿਲਮ ਮਿਲੀ ਹੈ, ਬੱਚਾ ਵੀ ਕੰਟੀਨਿਊਟੀ ਦੇ ਵਿੱਚ ਹੈ। ਕੱਲ ਕਿਸੇ ਵੀ ਹਾਲ 'ਚ ਮੈਨੂੰ ਬੱਚਾ ਚਾਹੀਦਾ ਹੀ ਚਾਹੀਦਾ, ਨਹੀਂ ਪ੍ਰੋਡਿਊਸਰ ਮੈਨੂੰ ਮਾਰ ਦੇਣਗੇ। ਸਰ ਬਿਨੂ ਕੋਲ ਅਗਲੇ 1 ਸਾਲ ਤੱਕ ਦੀ ਕੋਈ ਡੇਟ ਨਹੀਂ ਆ, ਹੁਣ ਤੁਸੀਂ ਦੱਸੋ ਮੈਂ ਕੀ ਕਰਾਂ? ਰਜੋ ਦੇਖ ਯਾਰ, ਭੈਣ ਬਣ ਕੇ ਐਵੇਂ ਨਾ ਕਰ ਯਾਰ, 10 ਸਾਲ ਹੋ ਗਏ ਮੈਨੂੰ ਸਕ੍ਰਿਪਟ ਲੈ ਕੇ ਘੁੰਮਦਿਆਂ ਨੂੰ, ਮਸਾ ਪ੍ਰੋਡਿਊਸਰ ਮਿਲਿਆ। ਜੇ ਫਿਲਮ ਬੰਦ ਹੋ ਗਈ ਨਾ ਤਾਂ ਮੇਰੇ ਮੋਟਰਸਾਈਕਲ ਦੀਆਂ ਕਿਸ਼ਤਾਂ ਰੁਕ ਜਾਣੀਆਂ। ਹੈਲੋ ਹੈਲੋ, ਕਮਾਲ ਦੀ ਗੱਲ ਯਾਰ, ਡਾਇਰੈਕਟਰ ਮੈਂ ਆ, ਘੱਟੇ ਕਰ ਗਈ। ਬਿੰਨੂ ਲਾਰੇ ਲਈ ਜਾਂਦਾ, ਡਾਇਰੈਕਟਰ ਟੱਕਣਾ ਖਾਈ ਜਾਂਦਾ। ਡੈਡੀ ਤੁਹਾਨੂੰ ਭੁਲੇਖਾ ਪਿਆ ਹੋਣਾ ਜੀ, ਇਹਦਾ ਮੂੰਹ ਦੇਖ ਕੇ ਲੱਗਦਾ ਵੀ ਇਹ ਦਾਰੂ ਪੀ ਸਕਦੀ ਆ। ਇਹਦਾ ਮੂੰਹ ਦੇਖ ਕੇ ਤਾਂ ਲੱਗਦਾ ਇਹ ਸਿਗਟਾਂ ਵੀ ਪੀਂਦੀ ਹੋਊ। ਇਹਦੇ ਮੂੰਹ ਤੇ ਯਕੀਨ ਕਰ ਜਾਈ, ਪਿਓ ਦੀ ਜ਼ੁਬਾਨ ਤੇ ਨਾ ਕਰੀ। ਮੈਂ ਆਪਣੇ ਅੱਖੀ ਦੇਖੀ ਆ, ਝੁਲਸਦੀ ਹੋਈ, ਪਾਣੀ ਤੱਕ ਨਹੀਂ ਪਾਇਆ। ਰੱਜੋ ਜੀ, ਇਹ ਤਾਂ ਗਲਤ ਗੱਲ ਆ, ਪਾਣੀ ਤਾਂ ਪਾ ਲੈਣਾ ਸੀ, ਨੀਟ ਇਜ਼ ਬੈਡ ਫਾਰ ਹੈਲਥ। ਪਰ ਭੋਲੇ, ਪਾਣੀ ਪਾ ਕੇ ਵੀ ਕਿਉਂ ਪੀਣੀ? ਉਹੀ ਤਾਂ ਮੈਂ ਕਹਿ ਰਿਹਾ, ਕਿੰਨਾ ਅਸਰ ਪੈ ਸਕਦਾ ਬੱਚੇ ਤੇ ਇਹਦੀ ਸ਼ਰਾਬ ਦਾ। ਪਰ ਡੈਡੀ, ਬੱਚੇ ਨੂੰ ਕਿਹੜਾ ਹਲੇ ਸਮਝ ਆ ਜੀ? ਉਹ ਇਹਨੂੰ ਤਾਂ ਹੈਗੀ ਆ। ਪਰ ਜੀਜਾ ਜੀ, ਜਿੱਥੇ ਤੱਕ ਮੈਨੂੰ ਪਤਾ, ਸ਼ਰਾਬ ਦਾ ਅਸਰ ਤਾਂ ਗੁਰਦਿਆਂ ਤੇ ਪੈਂਦਾ, ਇਹ ਬੱਚੇ ਤੇ ਕਿਵੇਂ ਪੈਜੂ? ਕੀ ਗੱਲ, ਬੱਚਾ ਗੁਰਦਿਆਂ ਤੋਂ ਬਗੈਰ ਜੰਮਿਆ? ਕੱਲ ਨੂੰ ਜਦੋਂ ਪੀ ਕੇ ਜਵਾਕ ਨੂੰ ਚੱਕੂ, ਨਾਲੇ ਆਪ ਡਿੱਗੂ, ਨਾਲੇ ਬੱਚਾ ਡਿੱਗੂ। ਮਤਲਬ ਜਦੋਂ ਵੀ ਰੱਜੋ ਦੇ ਹੱਥ 'ਚ ਪੈਗ ਦੇਖਣਾ ਤਾਂ ਭੱਜ ਕੇ ਜਾ ਕੇ ਬੱਚਾ ਫੜ ਲੈਣਾ, ਹੈ ਨਾ? ਓਏ ਬੱਚਾ ਨਹੀਂ ਫੜਨਾ, ਪੈਗ ਫੜਨ। ਇਹਦੀ ਸ਼ਰਾਬ ਛਡਾਉਣੀ ਆ। ਵੈਸੇ ਜਿਹਨੂੰ ਇੱਕ ਵਾਰੀ ਸ਼ਰਾਬ ਦੀ ਲੱਤ ਲੱਗ ਜਾਵੇ, ਕਿੱਥੇ ਛੁੱਟਦੀ ਆ? ਏਦਾਂ ਕਰੋ, ਇਹਨੂੰ ਇਸੇ ਵਕਤ ਹੁਣੇ ਘਰੋਂ ਬਾਹਰ ਕੱਢੋ। ਇਹ ਕਹਿਰ ਨਾ ਕਰੋ ਸਰਦਾਰ ਜੀ, ਤੈਨੂੰ ਬੜੀ ਤਕਲੀਫ ਹੋਈ ਇਹਦੇ ਕੱਢਣ ਤੇ। ਤਕਲੀਫ ਨਹੀਂ ਜੀ, ਮੇਰਾ ਮਤਲਬ ਦਾਰੂ ਤਾਂ ਆਪਾਂ ਹੀ ਵਧੀਆ ਪੀ ਲੈਂਦੇ ਜੀ। ਜਾਂ ਭੱਜ ਇੱਥੋਂ, ਚਾ ਰਹਿਣ ਦੇ। ਮੈਂ ਚਲਾ ਵੀ ਜਾਣਾ ਸੀ ਜੇ ਮੈਨੂੰ ਸ਼ਰਾਬ ਦਾ ਲਾਲਚ ਨਾ ਹੁੰਦਾ। ਜੀਜਾ ਜੀ, ਇਸ ਹਿਸਾਬ ਨਾਲ ਤੇ ਤੁਹਾਨੂੰ ਵੀ ਘਰ ਛੱਡ ਕੇ ਜਾਣਾ ਪੈਣਾ, ਦਾਰੂ ਤਾਂ ਤੁਸੀਂ ਵੀ ਪੀਂਦੇ ਹੋ। ਭੋਲੇ, ਤੁਸੀਂ ਦੋਵੇਂ ਚੁੱਪ ਕਰੋ। ਵੀਰ ਜੀ ਮਾਫ਼ ਕਰ ਦਿਓ ਇਹਨੂੰ, ਵਿਚਾਰੀ ਗਰੀਬਣੀ ਹੈ, ਦਾਰੂ ਦਾ ਧਨਾ ਡਾਂਗੂ ਪੀਂਦੀ ਹੈ, ਹਜੇ ਗਰੀਬਣੀ ਹੈ। ਮੇਰੀ ਸੁਣ ਲਓ ਗੱਲ, ਮੈਂ ਚਾਹੇ ਪੀਵਾਂ ਚਾਹੇ ਨਾ ਪੀਵਾਂ, ਜੇ ਮੈਂ ਘਰੋਂ ਜਾਊਂਗੀ ਤਾਂ ਬੱਚਾ ਮੇਰੇ ਨਾਲ ਜਾਊਗਾ। ਲੋ ਸੁਣ ਲੋ, ਇਹਦੀ ਤਾਂ ਹਜੇ ਤੱਕ ਨਹੀਂ ਉਤਰੀ। ਓਏ ਤੂੰ ਬੱਚੇ ਦਾ ਧਿਆਨ ਰੱਖਣ ਨੂੰ ਆ, ਨਾ ਕਿ ਬੱਚਾ ਰੱਖਣ ਨੂੰ। ਅੰਕਲ ਜੀ ਇਹ ਬੱਚਾ ਮੇਰਾ ਹੈ। ਤੇਰਾ? ਸ਼ਾਬਾਸ਼ੇ, ਇਹ ਤਾਂ ਬਥੇਰੀ ਵਾਰੀ ਸੁਣਿਆ ਕਿ ਦੋ ਪੈਗ ਲਾ ਕੇ ਸਾਰਾ ਪਿੰਡ ਮਿੱਤਰਾਂ ਦਾ ਲੱਗਦਾ, ਪਰ ਇਹ ਪਹਿਲੀ ਵਾਰੀ ਸੁਣਿਆ ਕਿ ਪੈਗ ਲਾ ਕੇ ਦੂਜੇ ਦਾ ਜਵਾਕ ਵੀ ਆਪਣਾ ਲੱਗਦਾ, ਉਹ ਵੀ ਬਿਨਾਂ ਮਿਹਨਤ ਤੋਂ। ਨਹੀਂ ਨਹੀਂ ਡੈਡੀ ਜੀ, ਰੱਜੂ ਦੇ ਕਹਿਣ ਦਾ ਮਤਲਬ ਸੀ ਇਹਦਾ ਤੇ ਹੁਣ ਲਗਾਈ ਬੜਾ ਹੋ ਗਿਆ ਬੱਚੇ ਨਾਲ, ਹੁਣ ਉਹ ਨਹੀਂ ਰਹਿੰਦਾ ਇਹਦੇ ਬਿਨਾਂ, ਹੈ ਨਾ? ਹਰਮਨ ਸਹੀ ਕਹਿ ਰਹੀ ਹੈ ਡੈਡੀ, ਬੜਾ ਮੋਹ ਕਰਦਾ ਜੀ ਇਹਦਾ ਤਾਂ, ਇਹਦੇ ਬਿਨਾਂ ਤਾਂ ਇੱਕ ਮਿੰਟ ਨਹੀਂ ਸਾਰਦਾ। ਔਖਾ ਹੀ ਇੱਥੇ ਤਾਂ ਲੱਗਦਾ, ਫਿੱਟਣ ਬਹਿਣ ਜਗਾੜ, ਇੱਥੇ ਤਾਂ ਬੱਚਾ ਬੱਚਾ ਹੀ ਰੱਜੂ ਦਾ ਮੋਹ ਕਰਦਾ ਫਿਰਦਾ। ਕੀ ਕਿਹਾ? ਕੁਛ ਨਹੀਂ ਜੀ, ਮੈਂ ਕਿਹਾ ਵਿਚਾਰੀ ਨੂੰ ਇੱਕ ਮੌਕਾ ਹੋਰ ਦੇ ਦਿੰਦੇ ਜੀ ਆਪਾਂ। ਰੱਜੋ,
मेरे वालों फर्स्ट ते तेरे लिए लास्ट वार्निंग है। जे इस घर दे विच रहना तां बंदा बन के रहना पऊगा। पर जनानी बंदा बनी अजीब नहीं लगू? कुकू व्याह तो पहला तेरी जसमीत नाल डील होई सी कि दहेज दे विच साला बोंगा भी आऊगा। प्लीज मेरे जिजज नूं बोंगा ना कहो। सालिया तैनू कहा रज्जो अज तो बाद तू शराब नहीं पिएगी। शराब बहुत माड़ी चीज है। घरां दे घर खागी शराब परिवार खत्म पैसा खत्म इज्जत खत्म सब कुछ खत्म। ओ लेचर बस कर जा लगता हूं समझ गई नाले तू भी बह जा खड़ा खड़ा सा गया होएगा।